ਵਿਸਾਖੀ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਅੱਜ ਵਿਸਾਖੀ ਦੇ ਮੌਕੇ ਤੇ ਮੈਨੂੰ ਲੱਗਾ ਕਿ ਮੈਂ ਹੁਣੇ ਕੜਾਹ ਪ੍ਰਸ਼ਾਦ ਖਾ ਕੇ ਆ ਰਹੀ ਹਾਂ, ਤਾਂ ਤੁਹਾਡੇ ਨਾਲ ਕੜਾਹ ਪ੍ਰਸ਼ਾਦ ਦੀ ਨਿਊਟ੍ਰੀਸ਼ਨਲ ਵੈਲਿਊ ਬਾਰੇ ਕੁਛ ਨਾ ਕੁਛ ਡਿਸਕਸ ਕੀਤਾ ਜਾਏ। ਕੜਾਹ ਪ੍ਰਸ਼ਾਦ ਦੀ ਦੇਗ ਜਦੋਂ ਦਿੱਤੀ ਜਾਂਦੀ ਹੈ, ਆਪਾਂ ਸੋਇਆ ਸੋਇਆ ਕਰਕੇ ਥੋੜ੍ਹਾ ਥੋੜ੍ਹਾ ਕਰਕੇ ਲੈਂਦੇ ਹਾਂ। ਅੱਛੀ ਗੱਲ ਹੈ, ਸੋਇਆ ਕਰਕੇ ਲੈਂਦੇ ਹਾਂ, ਵੇਸਟ ਵੀ ਨਹੀਂ ਕਰਨਾ ਹੈਗਾ ਆਪਾਂ। ਐਜ਼ ਆ ਬਲੈਸਿੰਗ ਆਪਾਂ ਕੜਾਹ ਪ੍ਰਸ਼ਾਦ ਨੂੰ ਮੰਨਦੇ ਹਾਂ। ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਂਦੀ ਹੈ ਤਾਂ ਰੱਬ ਦੀ ਗੁਰਬਾਣੀ ਨੂੰ ਪੜਿਆ ਜਾਂਦਾ ਹੈ। ਗੁਰਬਾਣੀ ਦੇ ਸਾਰੀ ਵਾਈਬ੍ਰੇਸ਼ਨਸ ਉਹਦੇ ਵਿੱਚ ਜਾਂਦੀਆਂ ਨੇ, ਉਹ ਵਾਈਬ੍ਰੇਸ਼ਨਸ ਤੁਹਾਡੇ ਅੰਦਰ ਆਉਂਦੀਆਂ ਨੇ। ਐਂਡ ਇਹ ਪ੍ਰੂਵਨਡ ਹੈ ਐਵਰੀਵੇਅਰ ਕਿ ਜਦੋਂ ਕੜਾਹ ਪ੍ਰਸ਼ਾਦ ਜਾਂ ਲੰਗਰ ਨੂੰ ਆਪਾਂ ਛਕਦੇ ਹਾਂ ਤਾਂ ਸਾਡੀ ਬੋਡੀ ਕਿੰਨੀ ਕਾਮ ਫੀਲ ਕਰਦੀ ਹੈ ਅਤੇ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਦੂਰ ਹੋ ਚੁੱਕੀਆਂ ਨੇ। ਐਂਡ ਲੇਕਿਨ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਵੀਟ, ਕਲੈਰੀਫਾਈਡ ਬਟਰ, ਸ਼ੂਗਰ ਦੇ ਨਾਲ ਰੈਡੀ ਕੀਤੀ ਜਾਂਦੀ ਹੈ ਅਤੇ ਇਹਨਾਂ ਤਿੰਨਾਂ ਇਨਗਰੀਡੀਐਂਟਸ ਦੇ ਉੱਤੇ ਕਾਫੀ ਜ਼ਿਆਦਾ ਮਿਥਸ ਹੈਗੇ ਨੇ ਕਿ ਵੀਟ ਨਹੀਂ ਖਾਣਾ ਚਾਹੀਦਾ, ਗਲੂਟਨ ਫਰੀ ਹੋਣਾ ਚਾਹੀਦਾ, ਸ਼ੂਗਰ ਬਹੁਤ ਰਿਫਾਈਨਡ ਹੁੰਦੀ ਹੈ, ਸ਼ੂਗਰ ਦਾ ਇਨਟੇਕ ਨਹੀਂ ਕਰਨਾ ਚਾਹੀਦਾ। ਐਂਡ ਕਈ ਲੋਕ ਸ਼ੂਗਰ ਨੂੰ ਡਾਇਬਟੀਜ਼ ਦੇ ਨਾਲ ਰਿਲੇਟ ਕਰ ਦਿੰਦੇ ਨੇ। ਐਂਡ ਥਰਡ ਇਨਗਰੀਡੀਐਂਟ ਜਿਹੜਾ ਕਲੈਰੀਫਾਈਡ ਬਟਰ ਹੈ, ਘਿਓ, ਘਿਓ ਨੂੰ ਕੋਲੈਸਟ੍ਰੋਲ ਦੇ ਨਾਲ ਜਾਂ ਹਾਈ ਘਿਓ ਘੀ ਦਾ ਕੰਟੈਂਟ ਲਾਂਗੇ ਤਾਂ ਸਾਡਾ ਜਿਹੜਾ ਕੋਲੈਸਟ੍ਰੋਲ ਲੈਵਲ ਹੈ ਉਹ ਵੱਧ ਜਾਏਗਾ। ਇਹਨਾਂ ਸਭ ਮਿਥਸ ਦੇ ਨਾਲ ਇਹ ਰਿਲੇਟ ਕੀਤਾ ਜਾਂਦਾ। ਲੇਕਿਨ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਆਪਾਂ ਕੁਆਂਟਿਟੀ ਲੈਂਦੀ ਹਾਂ ਲੈਂਦੇ ਹਾਂ ਉਹਦੇ ਨਾਲ ਕਦੀ ਵੀ ਕੋਈ ਹਾਰਮ ਸਾਨੂੰ ਨਹੀਂ ਹੁੰਦਾ ਹੈ। ਕਿਉਂ? ਕਿਉਂਕਿ ਇਹ ਜਿਹੜੀ ਦੇਗ ਹੁੰਦੀ ਹੈ ਇਟਸ ਲਾਈਕ ਟੋਟਲ ਬਲੈਸਿੰਗਸ ਜਿਹਦੇ ਵਿੱਚ ਆਪਾਂ ਇਨਗਰੀਡੀਐਂਟਸ ਇੱਦਾਂ ਪਾਏ ਜਾਂਦੇ ਨੇ ਜੋ ਸਾਡੀ ਬੋਡੀ ਨੂੰ ਇਨਹੈਂਸ, ਨਿਊਟ੍ਰੀਸ਼ਨ ਵੈਲਿਊ ਨੂੰ ਇਨਹੈਂਸ ਕਰਨ 'ਚ ਹੈਲਪ ਕਰਦੇ ਨੇ। ਸਭ ਤੋਂ ਪਹਿਲਾਂ ਇਨਗਰੀਡੀਐਂਟ ਦੀ ਗੱਲ ਕਰਾਂਗੇ ਆਪਾਂ ਵੀਟ ਬਾਰੇ। ਜਿਹੜਾ ਵੀਟ ਕੜਾਹ ਪ੍ਰਸ਼ਾਦ ਦੀ ਦੇਗ ਵਿੱਚ ਯੂਜ਼ ਕੀਤਾ ਜਾਂਦਾ ਹੈ ਉਹ ਇੱਕ ਫਾਈਬਰ ਹੁੰਦਾ, ਜਿਹੜਾ ਕੋਰਸ ਫਾਈਬਰ ਆਪਾਂ ਕਹਿੰਦੇ ਹਾਂ। ਦੈਟਸ ਨੋਟ ਰਿਫਾਈਨਡ ਫੋਰਮ, ਉਹ ਰਿਫਾਈਨਿੰਗ ਵਾਲੀ ਚੀਜ਼ ਨਹੀਂ ਹੁੰਦੀ ਹੈ, ਉਹ ਪ੍ਰੋਸੈਸਡ ਵਾਲੀ ਚੀਜ਼ ਨਹੀਂ ਹੁੰਦੀ ਹੈ। ਉਹ ਜਿਹੜਾ ਵੀਟ ਹੁੰਦਾ ਹੈ ਉਹ ਹਾਈ ਫਾਈਬਰ 'ਚ ਕੰਟੈਂਟ ਯੂਜ਼ ਕੀਤਾ ਜਾਂਦਾ ਹੈ, ਜੋ ਆਪਾਂ ਪੰਜਾਬ ਦੇ ਖੇਤਾਂ 'ਚੋਂ ਲੈਂਦੇ ਹਾਂ। ਜਿਹੜੇ ਫਾਰਮਰਸ ਜਿਹੜੇ ਨੇ ਜੋ ਵਿਸਾਖੀ ਵਾਲੇ ਦਿਨ ਜਿਹੜੇ ਵਾਢੀ ਖਤਮ ਕਰਦੇ ਨੇ ਉਸ ਟਾਈਮ 'ਤੇ, ਉਸ ਉਹ ਜਿਹੜਾ ਵੀਟ ਯੂਜ਼ ਕੀਤਾ ਜਾਂਦਾ, ਦੈਟ ਇਜ਼ ਵੈਰੀ ਰਿਚ ਇਨ ਫਾਈਬਰ। ਉਹਨੂੰ ਜਦੋਂ ਉਹਦੀ ਤੁਸੀਂ ਦੇਖੋਗੇ ਜਦੋਂ ਕੜਾਹ ਪ੍ਰਸ਼ਾਦ ਦੇਗ ਬਣਾਈ ਜਾਂਦੀ ਹੈ ਉਹਨੂੰ ਟੋਟਲੀ ਬਰਾਊਨ ਕੀਤਾ ਜਾਂਦਾ ਹੈ, ਜਦੋਂ ਤੱਕ ਉਹ ਬਰਾਊਨ ਨਹੀਂ ਹੁੰਦਾ ਉਦੋਂ ਤੱਕ ਚਾਸ਼ਨੀ ਜਿਹੜੀ ਉੱਪਰ ਪਾਈ ਨਹੀਂ ਜਾਂਦੀ। ਐਂਡ ਦੈਟ ਹੈਲਪ ਟੂ ਇਨਹੈਂਸ ਦ ਨਿਊਟ੍ਰੀਸ਼ਨ ਵੈਲਿਊ ਆਫ ਫਾਈਬਰ ਆਫ ਵੀਟ। ਮਤਲਬ ਵੀਟ ਦਾ ਜਿੰਨਾ ਵੀ ਨਿਊਟ੍ਰੀਸ਼ਨ ਵੈਲਿਊ ਹੈ ਉਹਦੇ ਵਿੱਚ ਤਾਂ ਹੀ ਆਉਂਦਾ ਜਦੋਂ ਆਪਾਂ ਕੋਸਲੀ ਉਹਨੂੰ ਫਾਰਮ ਅਪ ਕਰਦੇ ਹਾਂ, ਉਹਦਾ ਸੈਂਡੀ ਟੈਕਸਚਰ ਬਣਦਾ ਹੈ। ਐਂਡ ਦੈਟ ਹੈਲਪ ਯੂ ਟੂ ਗਿਵ ਅ ਗੁੱਡ ਕੰਟੈਂਟ ਆਫ ਨਿਊਟ੍ਰੀਸ਼ਨ ਟੂ ਯੋਰ ਬੋਡੀ। ਅਲੋਂਗ ਵਿਦ ਦੈਟ ਜਿਹੜੀ ਉਹਦੇ 'ਚ ਘਿਓ ਯੂਜ਼ ਕੀਤਾ ਜਾਂਦਾ ਹੈ, ਜਿਹੜਾ ਕਲੈਰੀਫਾਈਡ ਬਟਰ ਹੈ, ਉਹ ਤਾਂ ਹੁਣ ਪ੍ਰੂਫ ਕੀਤਾ ਹੋ ਗਿਆ ਹੈ ਕਿ ਜਿਹੜਾ ਕਲੈਰੀਫਾਈਡ ਬਟਰ ਹੈ ਉਹ ਤੁਹਾਨੂੰ ਕਦੀ ਵੀ ਕੋਲੈਸਟ੍ਰੋਲ ਨਹੀਂ ਕਰਦਾ ਹੈ। ਇਨਫੈਕਟ ਇਹ ਗਲਾਈਸੈਮਿਕ ਇੰਡੈਕਸ ਆਫ ਦ ਫੂਡ ਨੂੰ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਦਾ ਹੈ। ਇਸ ਲਈ ਜਦੋਂ ਆਪਾਂ ਕੋਈ ਰਾਈਸ ਖਾਂਦੇ ਹਾਂ ਜਾਂ ਕੋਈ ਮੀਲ ਜਿਹਦੇ ਵਿੱਚ ਸਾਨੂੰ ਘਿਓ ਦੀ ਉੱਪਰੋਂ ਟ੍ਰੈਡੀਸ਼ਨਲੀ ਆਪਾਂ ਯੂਜ਼ ਕਰਦੇ ਹਾਂ ਕਿ ਉੱਪਰੋਂ ਘਿਓ ਪਾਇਆ ਜਾਂਦਾ ਹੈ, ਦੈਟ ਹੈਲਪ ਟੂ ਮੇਨਟੇਨ ਦ ਗਲਾਈਸੈਮਿਕ ਇੰਡੈਕਸ ਆਫ ਦ ਫੂਡ, ਤਾਂ ਕਿ ਤੁਹਾਡੀ ਬੋਡੀ ਦੇ ਵਿੱਚ ਉਹਦੀ ਅਬਜ਼ੋਰਪਸ਼ਨ ਪਾਵਰ ਜਿਹੜੀ ਹੈ ਉਹ ਅੱਛੀ ਹੋ ਸਕੇ। ਕਲੈਰੀਫਾਈਡ ਬਟਰ ਜਿਹੜਾ ਘਿਓ ਹੁੰਦਾ, ਜਿਹੜਾ ਆਪਾਂ ਕਾਓਸ ਮਿਲਕ ਤੋਂ ਪ੍ਰੈਫਰੇਬਲੀ ਲੈਂਦੇ ਹਾਂ, ਜਿਹੜਾ ਪਿਓਰ ਘਿਓ ਆਪਾਂ ਇਹਨੂੰ ਜਿਹਨੂੰ ਕਹਿੰਦੇ ਹਾਂ, ਦੈਟ ਹੈਜ਼ ਅ ਸੈਚੂਰੇਟਿਡ ਫੈਟ। ਉਹ ਜਿਹੜਾ ਸੈਚੂਰੇਟਿਡ ਫੈਟ ਹੁੰਦਾ ਹੈ ਸਾਡੀ ਸਕਿਨ ਲਈ, ਸਾਡੇ ਹੇਅਰ ਲਈ, ਦੈਟ ਇਜ਼ ਵੈਰੀ ਇੰਪੋਰਟੈਂਟ। ਇਸ ਲਈ ਇਹ ਸਟੱਡੀਜ਼ ਦੇ ਵਿੱਚ ਵੀ ਆ ਚੁੱਕਿਆ ਕਿ ਜੇ ਆਪਾਂ 3 ਚਮਚ ਤੋਂ 6 ਚਮਚ ਘਿਓ ਪੂਰੇ ਦਿਨ ਵਿੱਚ ਇੱਕ ਬੰਦਾ, ਇੱਕ ਨੋਰਮਲ ਇੰਡੀਵਿਜੁਅਲ ਲੈਂਦਾ ਹੈ ਅਕੋਰਡਿੰਗ ਟੂ ਦ ਫਿਜ਼ੀਕਲ ਐਕਟੀਵਿਟੀ, ਉਹ ਤੁਹਾਨੂੰ ਹਾਰਮ ਨਹੀਂ ਦੇਗਾ। ਇਸ ਲਈ ਇਸ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈ ਕਿ ਆਪਾਂ ਘਿਓ ਖਾ ਲਿਆ ਜੀ ਤਾਂ ਸਾਨੂੰ ਕੋਲੈਸਟ੍ਰੋਲ ਹੋ ਜਾਏਗਾ। ਦੈਟਸ ਨੋਟ ਰਿਲੇਟਿਡ। ਘਿਓ ਖਾਣ ਦੇ ਨਾਲ ਜਾਂ ਓਨਲੀ ਸ਼ੂਗਰ ਖਾਣ ਦੇ ਨਾਲ ਤੁਹਾਨੂੰ ਕੋਈ ਡਾਇਬਟੀਜ਼ ਜਾਂ ਕੋਲੈਸਟ੍ਰੋਲ ਦਾ ਇਸ਼ੂ ਨਹੀਂ ਹੁੰਦਾ। ਇਸ਼ੂ ਹੁੰਦਾ ਹੈ ਜਦੋਂ ਤੁਹਾਡਾ ਲਾਈਫ ਸਟਾਈਲ ਇਫੈਕਟ ਹੁੰਦਾ, ਦੈਟ ਇੰਕਲੂਡਸ ਯੋਰ ਸੈਡੈਂਟਰੀ ਲਾਈਫ ਸਟਾਈਲ, ਵੈਨ ਯੂ ਕੀਪ ਔਨ ਸਿਟਿੰਗ ਜ਼ਿਆਦਾ ਦੇਰ ਤੱਕ ਬੈਠੇ ਰਹਿੰਦੇ ਹੋ ਜਾਂ ਤੁਸੀਂ ਕੋਈ ਵਰਕਆਊਟ ਨਹੀਂ ਕਰਦੇ ਹੋ, ਵੈਨ ਯੂ ਆਰ ਨੋਟ ਹੈਵਿੰਗ ਕਲੀਨ ਫੂਡ, ਤੁਸੀਂ ਪ੍ਰੋਸੈਸ ਪੈਕਟ ਆਈਟਮਸ ਖਾਂਦੇ ਹੋ, ਉਹਦੇ ਨਾਲ ਤੁਹਾਡੀ ਜਿਹੜੀ ਆ ਪ੍ਰੋਬਲਮਸ ਜਿਹੜੀਆਂ ਨੇ ਇਰਪਟ ਹੁੰਦੀਆਂ ਨੇ। ਐਂਡ ਅਲੋਂਗ ਵਿਦ ਦੈਟ ਅਬਾਊਟ ਯੋਰ ਸ਼ੂਗਰ, ਸ਼ੂਗਰ ਦੀ ਜੇ ਆਪਾਂ ਗੱਲ ਕਰੀਏ, ਜਿਹੜੀ ਸ਼ੂਗਰ ਆਪਾਂ ਪੰਜਾਬ ਤੋਂ ਲੈ ਕੇ ਆਉਂਦੇ ਹਾਂ, ਜਿਹੜੇ ਫਾਰਮਰ ਸਾਨੂੰ ਗਰੋ ਕਰਕੇ ਦਿੰਦੇ ਹਾਂ, ਜੋ ਸ਼ੂਗਰ ਕੇਨ ਤੋਂ ਸਾਨੂੰ ਆਉਂਦੀ ਹੈ, ਪਲਾਂਟ ਸ਼ੂਗਰ ਜਿਹੜੀ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ, ਦੈਟ ਇਜ਼ ਦ ਬੈਸਟ ਸ਼ੂਗਰ ਜੋ ਆਪਾਂ ਯੂਜ਼ ਕਰਦੇ ਹਾਂ।
ਹਰ ਚੀਜ਼ ਦਾ ਇੱਕ ਕੁਆਂਟਿਟੀ ਹੋਣਾ ਬਹੁਤ ਇੰਪੋਰਟੈਂਟ ਹੈ। ਕਿਸੇ ਵੀ ਚੀਜ਼ ਨੂੰ ਓਵਰ ਈਟਿੰਗ ਪੁਆਇੰਟ 'ਤੇ ਲਓਗੇ ਦੈਟ ਇਜ਼ ਹਾਰਮਫੁਲ। ਹੁਣ ਤੁਸੀਂ ਸ਼ੂਗਰ ਕੇਨ ਦਾ ਜੂਸ ਪੀਣ ਤੋਂ ਤਾਂ ਡਰ ਜਾਂਦੇ ਹੋ, ਲੇਕਿਨ ਪੰਜਾਬੀ ਜਿਹੜੇ ਰਾਤ ਨੂੰ ਅਲਕੋਹਲ ਜਾਂ ਵਾਈਨ ਦੀ ਇਨਟੇਕ ਕਰਦੇ ਆ, ਉਹਨਾਂ ਤੋਂ ਉਸ ਚੀਜ਼ ਤੋਂ ਕਿਉਂ ਨਹੀਂ ਡਰਦੇ ਹੋ? ਉਹ ਚੀਜ਼ ਤੁਹਾਡੇ ਲਈ ਜ਼ਿਆਦਾ ਹਾਰਮਫੁਲ ਹੁੰਦੀ ਹੈ ਰੈਦਰ ਦੈਨ ਜੋ ਆਪਾਂ ਰਿਫਾਈਨ ਸ਼ੂਗਰ ਦੀ ਬਜਾਏ ਨੋਰਮਲ ਸ਼ੂਗਰ ਕੇਨ ਤੋਂ ਬਣੀ ਹੋਈ ਸ਼ੂਗਰ ਨੂੰ ਆਪਾਂ ਨੋਰਮਲ ਘਰ ਦੇ ਬਣੇ ਹੋਏ ਖਾਣੇ ਵਿੱਚ ਜਿਵੇਂ ਖੀਰ 'ਚ ਬਣੀ ਹੋਈ ਜਾਂ ਕੋਈ ਪੂੜੇ ਦੇ ਵਿੱਚ ਬਣੀ ਹੋਈ ਸ਼ੂਗਰ ਹੁੰਦੀ ਹੈ, ਘਰ ਦੀ ਬਣੀ ਹੋਈ ਕਿ ਸਵੀਟ ਦੇ ਵਿੱਚ ਆਪਾਂ ਇਹ ਵਾਲੀ ਸ਼ੂਗਰ ਪਾਉਂਦੇ ਹਾਂ ਅਤੇ ਉਹਨੂੰ ਐਜ਼ ਅ ਮੀਲ ਯੂਜ਼ ਕਰਦੇ ਹਾਂ, ਉਹ ਸਾਡੇ ਲਈ ਹਾਰਮਫੁਲ ਨਹੀਂ ਹੁੰਦੀ ਹੈ। ਜੋ ਹਾਰਮਫੁਲ ਹੁੰਦਾ ਦੈਟ ਇਜ਼ ਰਿਲੇਟਡ ਟੂ ਕੇਕਸ, ਪੇਸਟਰੀਜ਼, ਬਿਸਕਿਟ ਜੋ ਸਾਨੂੰ ਮਾਰਕੀਟ ਦੇ ਵਿੱਚ ਪ੍ਰੋਸੈਸ ਕਰਕੇ ਮਿਲਦੀ ਹੈ, ਉਹ ਵਾਲੀ ਸ਼ੂਗਰ ਤੁਹਾਡੇ ਲਈ ਹਾਰਮਫੁਲ ਹੁੰਦੀ ਹੈ। ਇਸ ਲਈ ਕੜਾਹ ਪ੍ਰਸ਼ਾਦ ਦੀ ਦੇਗ ਦੇ ਵਿੱਚ ਬਣੇ ਹੋਏ ਸਾਰੇ ਇਨਗਰੀਡੀਐਂਟਸ ਜਿਹੜੇ ਨੇ ਉਹ ਨੋਟ ਓਨਲੀ ਹੈਲਪਫੁਲ ਟੂ ਦ ਕਿਡ, ਜੋ ਛੋਟੇ ਜਿਹੇ 6 ਮਹੀਨੇ ਦੇ ਬੱਚੇ ਤੋਂ ਲੈ ਕੇ ਇੱਕ ਬੁੱਢੇ ਇਨਸਾਨ ਨੂੰ ਇੱਕ ਬੁਢਾਪੇ ਦੇ ਇਨਸਾਨ ਤੱਕ ਵੀ ਉਹਨੂੰ ਪ੍ਰੋਵਾਈਡ ਕੀਤਾ ਜਾਂਦਾ, ਜੋ ਕਿਉਂਕਿ ਇਟਸ ਵੈਰੀ ਈਜ਼ੀ ਟੂ ਚਿਊ, ਇੰਨੀ ਈਜ਼ੀਲੀ ਔਰ ਡਾਇਜੈਸਟ ਹੋ ਜਾਂਦਾ। ਇਸ ਲਈ ਕੜਾਹ ਪ੍ਰਸ਼ਾਦ ਦੀ ਡੇਟ ਨੂੰ ਆਪਾਂ ਕਦੀ ਵੀ ਨਾ ਨਹੀਂ ਕਹਿਣਾ, ਭਾਵੇਂ ਸੋਇਆ ਕਰਕੇ ਲਓ, ਉਹ ਬਲੈਸਿੰਗ ਤੁਹਾਡੇ ਅੰਦਰ ਜਾਣੀਆਂ ਚਾਹੀਦੀਆਂ। ਕੈਲਰੀਜ਼ ਨੂੰ ਕਾਊਂਟ ਨਾ ਕਰੋ, ਤੁਸੀਂ ਆਪਣੀ ਬਲੈਸਿੰਗ ਨੂੰ ਕਾਊਂਟ ਕਰੋ, ਵਿਸਾਖੀ ਵਾਲੇ ਦਿਨ ਨੂੰ ਜ਼ਰੂਰ ਛਕੋ। ਲੰਗਰ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਡੈਫੀਨੇਟਲੀ ਲੰਗਰ ਜਿਹੜਾ ਹੁੰਦਾ ਉਹਨੂੰ ਆਪਾਂ ਡਾਇਟਿੰਗ ਦੇ ਨਾਲ ਰਿਲੇਟ ਨਹੀਂ ਕਰਦੇ ਹਾਂ। ਲੰਗਰ ਵਿੱਚ ਬਣੀ ਹੋਈ ਵੀਟ ਦੀ ਰੋਟੀ ਹੋ ਗਈ ਜਾਂ ਕੋਈ ਵੀ ਦਾਲ ਜਾਂ ਸਬਜ਼ੀ ਹੋ ਗਈ, ਜੇ ਆਪਾਂ ਉਹ ਛੱਕ ਕੇ ਆਵਾਂਗੇ ਤਾਂ ਤੁਹਾਨੂੰ ਕਦੀ ਵੀ ਕੋਈ ਵੀ ਬਿਮਾਰੀ ਜਿਹੜੀ ਹੈ ਉਹ ਨਹੀਂ ਹੁੰਦੀ ਹੈਗੀ ਹੈ। ਇਹ ਆਪਾਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਡਿਸਕਸ ਕੀਤਾ ਸੀਗਾ, ਕਿਉਂਕਿ ਗੁਰਦੁਆਰੇ ਦੇ ਵਿੱਚ ਬਣੀ ਹੋਈ ਹਿਊਮੈਨਿਟੀ ਦੇ ਨਾਲ, ਇਕੁਐਲਿਟੀ ਦੇ ਨਾਲ ਬਣੀ ਹੋਈ ਕੋਈ ਵੀ ਦੇਗ, ਕੋਈ ਵੀ ਪ੍ਰਸ਼ਾਦ ਜਾਂ ਲੰਗਰ ਜਿਹੜਾ ਹੁੰਦਾ ਉਹ ਤੁਹਾਡੀ ਬੋਡੀ ਵਿੱਚ ਗੁੱਡ ਵਾਈਬ੍ਰੇਸ਼ਨਸ ਨੂੰ ਲੈ ਕੇ ਆਉਂਦਾ। ਇਸ ਲਈ ਲੰਗਰ ਜ਼ਰੂਰ ਛਕਣਾ, ਬਟ ਲੰਗਰ ਦੇ ਨਾਲ ਨਾਲ ਗੁਰਬਾਣੀ ਜ਼ਰੂਰ ਸੁਣਨਾ। ਕਈ ਲੋਕ ਸਿਰਫ ਲੰਗਰ ਛਕਣ ਜਾਂਦੇ ਆ, ਗੁਰਬਾਣੀ ਜਦੋਂ ਸੁਣੋਗੇ ਤੁਹਾਡੇ ਮਨ ਦੇ ਵਿੱਚ ਵਿਚਾਰ ਜਿਹੜੇ ਚੰਗੇ ਆਣਗੇ ਤਾਂ ਹੀ ਲੰਗਰ ਜਿਹੜਾ ਤੁਹਾਡੇ ਉੱਤੇ ਉਹ ਹੈਲਪ ਕਰੇਗਾ, ਤੁਹਾਡੀ ਬੋਡੀ ਨੂੰ ਕਾਮ ਕਰਨ ਦੇ ਵਿੱਚ, ਤੁਹਾਡੀ ਵਾਈਬ੍ਰੇਸ਼ਨ ਨੂੰ ਪਿਓਰ ਕਰਨ ਦੇ ਵਿੱਚ ਉਹ ਹੈਲਪ ਕਰਦਾ। ਅਲੋਂਗ ਵਿਦ ਦੈਟ ਆਈ ਵਾਂਟ ਟੂ ਡਿਸਕਸ ਓਵਰ ਹਿਅਰ ਕਿ ਅਲਰਜੀ ਹੋ ਜਾਂਦੀ ਹੈ ਵਿਸਾਖ ਦੇ ਮਹੀਨੇ ਵਿੱਚ ਜਦੋਂ ਵਾਢੀਆਂ ਹੁੰਦੀਆਂ ਤਾਂ ਯੂ ਫੀਲ ਲਾਈਕ ਕਿ ਡਸਟ ਅਲਰਜੀ ਹੋ ਜਾਂਦੀ ਹੈ ਜਾਂ ਤੁਹਾਨੂੰ ਫੀਲ ਹੁੰਦਾ ਕਿ ਡਸਟ ਦੇ ਨਾਲ ਜਿਹੜੀ ਹੈ ਉਹ ਤੁਹਾਡੀ ਸਾਈਨਸ ਦੀ ਪ੍ਰੋਬਲਮ ਡਿਵੈਲਪ ਹੋ ਜਾਂਦੀ ਹੈ ਡਿਊਰਿੰਗ ਦਿਸ ਵਿਸਾਖ ਦੇ ਪੀਰੀਅਡ ਦੇ ਵਿੱਚ, ਬੱਚਿਆਂ ਵਿੱਚ ਵੀ ਅੱਜ ਕੱਲ੍ਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਮਿਊਨਿਟੀ ਲੋਕਾਂ ਦੀ ਘੱਟ ਗਈ ਹੈ ਐਂਡ ਦੈਟਸ ਵਾਈ ਵੀ ਰਿਕੁਆਇਰ ਅ ਗੁੱਡ ਹੋਮ ਰੈਮਡੀ ਡਿਊਰਿੰਗ ਪੀਰੀਅਡ ਆਫ ਟਾਈਮ। ਉਹ ਹੋਮ ਰੈਮਡੀਜ਼ ਮੈਂ ਤੁਹਾਨੂੰ ਦੱਸ ਰਹੀ ਹਾਂ। ਵਿਸਾਖ ਦੇ ਮਹੀਨੇ ਵਿੱਚ ਜਦੋਂ ਤੁਹਾਨੂੰ ਇਹ ਪ੍ਰੋਬਲਮ ਹੋਏ, ਪਹਿਲੀ ਗੱਲ ਤੁਸੀਂ ਮੇਥਰੇ ਦੇ ਜਿਹੜੇ ਦਾਣੇ ਹੁੰਦੇ ਆ, ਮੇਥੀ ਦਾਣਾ ਦੈਟ ਇਜ਼ ਫੈਨਿਊਗਰੀਕ ਸੀਡ, ਉਹਨੂੰ ਤੁਸੀਂ ਰਾਤੀ 1 ਚਮਚ 1 ਟੇਬਲ ਸਪੂਨ 1/2 ਕੱਪ ਆਫ ਵਾਟਰ ਦੇ ਵਿੱਚ ਸੋਕ ਕਰਕੇ ਰੱਖ ਸਕਦੇ ਹੋ ਅਤੇ ਸਵੇਰੇ ਉਸ ਪਾਣੀ ਨੂੰ ਪੀ ਕੇ ਨਾਲ ਹੀ ਉਸ ਮੇਥੀ ਦਾਣੇ ਨੂੰ ਤੁਸੀਂ ਚਬਾ ਸਕਦੇ ਹੋ। ਇਹਦੇ ਨਾਲ ਤੁਹਾਨੂੰ ਐਲਰਜੀ ਨਹੀਂ ਹੁੰਦੀ। ਵਿਸਾਖ ਦੇ ਮਹੀਨੇ ਵਿੱਚ ਵਾਢੀਆਂ ਦੀ ਜਿਹੜੀ ਥੋੜ੍ਹੀ ਕਰਸ ਜਿਹੜੇ ਡਸਟ ਆਉਂਦੇ ਨੇ ਉਹ ਪਾਰਟੀਕਲ ਤੁਹਾਡੀ ਬੋਡੀ ਵਿੱਚ ਹਾਰਮ ਨਹੀਂ ਕਰਦੇ ਕਿਉਂਕਿ ਇਮਿਊਨਿਟੀ ਵੱਧ ਜਾਂਦੀ ਹੈ ਇਹਦੇ ਨਾਲ। ਅਲੋਂਗ ਵਿਦ ਦੈਟ ਤੁਸੀਂ ਲੈਮਨ ਅਤੇ ਕਾਇਨ ਪੇਪਰ ਯੂਜ਼ ਕਰ ਸਕਦੇ ਹੋ। ਕਾਇਨ ਪੇਪਰ ਕੀ ਹੁੰਦਾ? ਕਾਇਨ ਪੇਪਰ ਇਜ਼ ਰੈੱਡ ਵਾਲੀ ਮਿਰਚ ਜਿਹੜੀ ਆਪਾਂ ਸਾਂਬਰ ਦੇ ਵਿੱਚ ਯੂਜ਼ ਕਰਦੇ ਹਾਂ, ਜਿਹੜੀ ਆਪਾਂ ਕੜੀ ਦੇ ਵਿੱਚ ਮੋਟੀ ਵਾਲੀ ਮਿਰਚ ਹੁੰਦੀ ਹੈ ਉਹਨੂੰ ਸੁਕਾ ਕੇ ਉਹਦਾ ਪਾਊਡਰ ਬਣਾ ਸਕਦੇ ਹਾਂ, ਦੈਟ ਇਜ਼ ਕਾਲਡ ਕਾਇਨ ਪੇਪਰ। ਉਸ ਕਾਇਨ ਪੇਪਰ ਨੂੰ ਤੁਸੀਂ ਲੈਮਨ ਦੇ ਨਾਲ ਮਿਕਸ ਕਰਕੇ 1 ਗਲਾਸ ਪਾਣੀ ਜਿਹੜਾ ਉਹ ਤੁਸੀਂ ਸਵੇਰੇ ਲੈ ਸਕਦੇ ਹੋ। ਦੈਟ ਇਜ਼ ਆਲਸੋ ਹੈਲਪ ਟੂ ਇੰਪਰੂਵ ਦ ਇਮਿਊਨਿਟੀ, ਲੰਗਸ ਨੂੰ ਕਲੀਨ ਕਰਨ ਦੇ ਵਿੱਚ ਹੈਲਪ ਕਰਦਾ ਅਤੇ ਤੁਹਾਨੂੰ ਇਹ ਐਲਰਜੀਜ਼ ਨਹੀਂ ਹੋਣ ਦਿੰਦਾ। ਅਤੇ ਤੀਸਰਾ ਇਸਦਾ ਹੋਮ ਰੈਮਡੀ ਹੈਗਾ ਦੈਟ ਯੂ ਕੈਨ ਮੇਕ ਯੂਜ਼ ਆਫ ਗਾਰਲਿਕ। ਗਾਰਲਿਕ ਦੇ ਛੋਟੇ ਛੋਟੇ ਜਿਹੜੇ ਕਲੋਵਸ ਹੁੰਦੇ ਹਨ, 2 ਗਾਰਲਿਕ ਕਲੋਵਸ ਵਿਦ ਮਨੱਕਾ ਹਨੀ ਇਜ਼ ਔਰਗੈਨਿਕ ਹਨੀ, ਜੋ ਤੁਸੀਂ ਇਹਨੂੰ ਮੋਰਨਿੰਗ ਦੇ ਵਿੱਚ 1-2 ਕਲੋਵਸ ਅਤੇ 1 ਚਮਚ ਮਨੱਕਾ ਹਨੀ ਦੇ ਨਾਲ ਇਹਨੂੰ ਮੋਰਨਿੰਗ 'ਚ ਐਮਟੀ ਸਟਮਕ ਲੈ ਸਕਦੇ ਹੋ। ਤਾਂ ਕੋਈ ਵੀ ਹੋਮ ਰੈਮਡੀ ਯੂਜ਼ ਕਰ ਸਕਦੇ ਹੋ, ਮੇਥਰੇ ਦੀ ਯੂਜ਼ ਕਰ ਲਓ, ਲੈਮਨ ਕਾਇਨ ਪੇਪਰ ਦੀ ਯੂਜ਼ ਕਰ ਲਓ ਜਾਂ ਗਾਰਲਿਕ ਹਨੀ ਦੀ ਯੂਜ਼ ਕਰ ਲਓ। ਬੱਚਿਆਂ ਦੇ ਵਿੱਚ ਰਹਿੰਦਾ ਤਾਂ ਉਹਨਾਂ ਨੂੰ ਬੱਚਿਆਂ ਨੂੰ ਇਹ ਖੱਟੀਆਂ ਚੀਜ਼ਾਂ ਪਸੰਦ ਨਹੀਂ ਆਉਣਗੀਆਂ ਤਾਂ ਉਹ ਨਹੀਂ ਲੈ ਪਾਉਣਗੇ, ਇਸ ਲਈ ਉਹਦੇ ਵਿੱਚ ਹਨੀ ਮਿਕਸ ਕਰਕੇ ਤੁਸੀਂ ਉਹ ਦੇ ਸਕਦੇ ਹੋ। ਆਲਵੇਜ਼ ਮੇਕ ਸ਼ੋਰ ਕਿ ਔਰਗੈਨਿਕ ਹਨੀ ਹੋਵੇ, ਨੋਟ
ਅੱਜ ਕੱਲ੍ਹ ਕਾਫੀ ਮਾਰਕੀਟ ਦੇ ਵਿੱਚ ਹਨੀ ਆਉਂਦੀਆਂ ਜੋ ਔਰਗੈਨਿਕ ਨਹੀਂ ਹੁੰਦੀਆਂ, ਉਹ ਕੈਲਰੀ ਰਿਚ ਹੀ ਹੁੰਦੀਆਂ, ਤਾਂ ਮੇਕ ਸ਼ੋਰ ਕਿ ਔਰਗੈਨਿਕ ਹਨੀ ਹੀ ਤੁਸੀਂ ਯੂਜ਼ ਕਰੋ ਅਤੇ ਐਲਰਜੀਜ਼ ਦੇ ਟਾਈਮ 'ਤੇ ਯੂਜ਼ ਕਰ ਸਕਦੇ ਹਾਂ. ਅਤੇ ਵਿਸਾਖੀ ਦਾ ਜਿਹੜਾ ਟਾਈਮ ਹੁੰਦਾ ਹੈ, ਦੈਟ ਇਜ਼ ਅ ਟਾਈਮ ਆਫ ਸੈਲੀਬ੍ਰੇਸ਼ਨ. ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਣ ਦੀ ਜਿਹਨੂੰ ਸਾਨੂੰ ਕਿਹਾ ਹੈ, ਆਈ ਹੋਪ ਕਿ ਤੁਹਾਨੂੰ ਇਹ ਦਾਤ ਮਿਲੇ. ਐਂਡ ਅੰਮ੍ਰਿਤ ਛਕਣ ਦੇ ਟਾਈਮ 'ਤੇ ਵੀ ਪਤਾਸਿਆਂ ਦਾ ਮਿੱਠਾ ਹੀ ਆਪਾਂ ਅੰਮ੍ਰਿਤ ਛਕਦੇ ਹਾਂ. ਦੈਟ ਮੀਨਸ ਗੁਰੂਆਂ ਦੇ ਟਾਈਮ ਤੋਂ ਹੀ ਮਿੱਠਾ ਜਿਹੜਾ ਉਹ ਸਾਡੀ ਸਵੀਟਨੈਸ ਸਾਨੂੰ ਦਿੱਤਾ ਜਾਂਦਾ. ਮਤਲਬ ਗੁਰੂ ਦਾ ਜਿਹੜਾ ਪ੍ਰਸ਼ਾਦ ਹੈ ਹਮੇਸ਼ਾ ਮਿੱਠਾ ਹੀ ਹੁੰਦਾ, ਅਤੇ ਮਿੱਠਾ ਕਰਕੇ ਹੀ ਆਪਾਂ ਭਾਣਾ ਬੰਨਣਾ ਹੁੰਦਾ. ਅਤੇ ਇਸ ਲਈ ਮਿੱਠੇ ਨੂੰ ਕਦੀ ਇੰਨਾ ਨਾ, ਮਤਲਬ ਓਵਰ ਈਟਿੰਗ ਪੁਆਇੰਟ 'ਤੇ ਨਾ ਲੈ ਕੇ ਚੱਲੋ, ਉਹਨੂੰ ਇੰਨਾ ਕੰਜ਼ਿਊਮ ਕਰੋ ਕਿ ਤੁਹਾਡੀ ਬੋਡੀ ਨੂੰ ਕਦੀ ਹਾਰਮ ਨਾ ਹੋਵੇ. ਚੂਰੀ ਦਾ ਜਿਹੜਾ ਸਿਸਟਮ ਹੈ ਉਹ ਵੀ ਸਾਹਿਬਜ਼ਾਦਿਆਂ ਦੇ ਟਾਈਮ ਤੋਂ, ਮੈਂ ਸਾਹਿਬਜ਼ਾਦਿਆਂ ਦੀ ਜਿਹੜੀ ਮੂਵੀ ਹੈ ਤੁਸੀਂ ਦੇਖੀ ਹੋਣੀ, ਉਹ 'ਚ ਵੀ ਚੂਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਬੱਚਿਆਂ ਨੂੰ. ਚੂਰੀ ਵੀ ਸਾਡੀ ਸ਼ੱਕਰ ਦੇ ਨਾਲ ਅਤੇ ਮਿੱਠੇ ਦੇ ਨਾਲ ਬਣਦੀ ਹੈ. ਦੈਟ ਮੀਨਸ ਗੁਰੂਆਂ ਦੇ ਟਾਈਮ ਤੋਂ ਹੀ ਮਿੱਠਾ, ਅਤੇ ਇਟਸ ਲਾਈਕ ਅ ਪਾਰਟ ਆਫ ਅਵਰ ਲਾਈਫ ਸਟਾਈਲ. ਸੋ ਇਸ 'ਤੇ ਡਰੋ ਨਾ. ਡਰਨ ਦਾ ਟਾਈਮ ਉਦੋਂ ਆਉਂਦਾ ਜਦੋਂ ਤੁਸੀਂ ਪ੍ਰੋਸੈਸ ਫਾਰਮ ਨੂੰ ਯੂਜ਼ ਕਰਦੇ ਹੋ, ਜੋ ਮਾਰਕੀਟ ਵਿੱਚ ਫਲੱਡਡ ਚੀਜ਼ਾਂ ਹੁੰਦੀਆਂ ਨੇ, ਕੇਕਸ ਐਂਡ ਪੇਸਟਰੀਜ਼ ਐਂਡ ਬਰਗਰਸ ਐਂਡ ਪੀਜ਼ਾਜ਼ ਐਂਡ ਆਲ ਦੈਟ ਸਟਫ, ਦੈਟ ਇਜ਼ ਹਾਰਮਫੁਲ. ਹੋਮਮੇਡ ਬਣਿਆ ਹੋਇਆ ਫੂਡ ਕਦੀ ਵੀ ਤੁਹਾਨੂੰ ਹਾਰਮ ਨਹੀਂ ਕਰਦਾ ਹੈ. ਸੋ ਥੈਂਕ ਯੂ ਸੋ ਮਚ ਫੋਰ ਵਾਚਿੰਗ ਐਂਡ ਹੈਪੀ ਵਿਸਾਖੀ.